ਸੱਚੀ ਗੱਲ ਮੈਂ ਜਸਪ੍ਰੀਤ ਤੁਸੀਂ ਦੇਖ ਰਹੇ ਹੋ ਜਿੰਦਾਬਾਦ ਚੈਨਲ ਇਸ ਸਮੇਂ ਦੀ ਵੱਡੀ ਅਪਡੇਟ ਦੇਣ ਜਾ ਰਹੇ ਹਾਂ ਤੁਹਾਨੂੰ ਦੱਸ ਦੇ ਕਿ ਅੱਜ 11 ਵਜੇ ਜਿਹੜੀ ਮੀਟਿੰਗ ਹੈ ਕੈਬਨਿਟ ਮੀਟਿੰਗ ਮੋਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਜਿਸ ਵਿੱਚ 19 ਨਵੰਬਰ ਨੂੰ ਜਿਹੜਾ ਰਾਸ਼ਟਰ ਨੂੰ ਸੰਬੋਧਨਤ ਕਰਦੇ ਆ ਉਹਨਾਂ ਨੇ ਇਹ ਤਿੰਨ ਕਾਲੇ ਕਾਨੂੰਨ ਸੀ ਜਿਹੜੇ ਰੱਦ ਕਰਨ ਦਾ ਐਲਾਨ ਕੀਤਾ ਸੀ ਸੋ ਅੱਜ ਉਹ ਵੇਲਾ ਆ ਗਿਆ ਅੱਜ ਉਹ ਸਮਾਂ ਆ ਗਿਆ ਜਿਸ ਵਿੱਚ ਮੋਦੀ ਸਰਕਾਰ ਦੇ ਕੈਬਨਿਟ ਮੀਟਿੰਗ ਦੇ ਵਿੱਚ ਇਹਨਾਂ ਬਿੱਲਾਂ ਨੂੰ ਰੱਦ ਕਰਨ ਦੀ ਜਿਹੜੀ ਬੈਠ ਕਰ ਰਹੀ ਹੈ ਮੀਟਿੰਗ ਕਰ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਬਿੱਲਾਂ ਨੂੰ ਜਿਹੜੀ ਅੱਜ ਮੰਤਰੀ ਮੰਡਲ ਦੀ ਮੀਟਿੰਗ ਹੈ ਇਸ ਦੇ ਵਿੱਚ ਖਤਮ ਕਰਨ ਦੀ ਜਿਹੜੀ ਮਨਜ਼ੂਰੀ ਮਿਲ ਜਾਵੇਗੀ ਪੀਐਮਓ ਵੱਲੋਂ ਜਿਹੜੀ ਅੱਜ 11 ਵਜੇ ਮੀਟਿੰਗ ਕੀਤੀ ਜਾ ਰਹੀ ਹੈ ਮੋਦੀ ਸਰਕਾਰ ਵੱਲੋਂ ਕਿ ਉਹ ਜਿਹੜੀ ਕੈਬਨਿਟ ਮੀਟਿੰਗ ਹੈ ਉਸ ਦੇ ਵਿੱਚ ਅੱਜ ਤਿੰਨ ਕਾਲੇ ਖੇਤੀ ਕਾਨੂੰਨ ਨੇ ਜਿਹੜੇ ਉਹ ਰੱਦ ਕੀਤੇ ਜਾਣਗੇ ਕਿਉਂਕਿ 19 ਨਵੰਬਰ ਜਿਸ ਦਿਨ ਗੁਰਪੂਰਬ ਸੀਗਾ ਉਸ ਦਿਨ ਰਾਸ਼ਟਰ ਨੂੰ ਸੰਬੋਧਨ ਕਰਨਿਆ ਮੋਦੀ ਸਰਕਾਰ ਨੇ ਐਲਾਨ ਕੀਤਾ ਸੀ ਕਿ ਜਿਹੜੇ ਵਿਵਾਦਿਤ ਜਿਹੜੇ ਬਿੱਲ ਨੇ ਇਹਨਾਂ ਨੂੰ ਰੱਦ ਕੀਤਾ ਜਾਣ ਦਾ ਐਲਾਨ ਕੀਤਾ ਸੀ ਸੋ 11 ਵਜੇ ਦੀ ਅੱਜ ਜਿਹੜੀ ਮੀਟਿੰਗ ਹੈ ਉਹ ਮੋਦੀ ਕਾਰ ਬਾਰੇ ਕੀਤੀ ਜਾ ਰਹੀ ਹੈ ਕਿ ਕੈਬਨਟ ਦੇ ਵਿੱਚ ਜਿਹੜੀ ਕੈਬਨਟ ਮੀਟਿੰਗ ਹੋ ਰਹੀ ਹੈ ਮੰਤਰੀ ਮੰਡਲ ਦੀ ਵੱਡੀ ਮੀਟ ਬੈਠਕ ਹੈ ਇਹਦੇ ਵਿੱਚ ਜਿਹੜੇ ਤਿੰਨ ਕਾਲੇ ਕਾਨੂੰਨ ਨੇ ਉਹ ਰੱਦ ਕੀਤੇ ਜਾਣਗੇ ਦੱਸਿਆ ਜਾ ਰਿਹਾ ਹੈ ਕਿ ਇੱਕ ਬਿਲ ਦੇ ਅੰਦਰ ਹੀ ਪੇਸ਼ ਕੀਤੇ ਜਾਣਗੇ ਅਤੇ ਇੱਕ ਬਿਲ ਦੇ ذریعے ਹੀ ਇਹ ਤਿੰਨੋਂ ਬਿਲ ਨੇ ਜਿਹੜੇ ਇਹ ਰੱਦ ਕੀਤੇ ਜਾਣਗੇ ਕਿਉਂਕਿ ਐਲਾਨ 19 ਤਰੀਕ ਨੂੰ ਹੋਇਆ ਸੀਗਾ ਪਰ ਜਿਹੜੇ ਕਿਸਾਨ ਸੀਗੇ ਉਹਨਾਂ ਨੇ ਕਹਿ ਚੁੱਕੇ ਸਾਨੂੰ ਐਮਐਸਪੀ ਦੇ ਜਿਹੜੇ ਲੈ ਕੇ ਇਹਨਾਂ ਨੇ ਵਿਵਾਦ ਖੜਾ ਕੀਤਾ ਹੋਇਆ ਸੀਗਾ ਕਿਉਂਕਿ ਉਹਨਾਂ ਨੇ ਕਹਿ ਸੀ ਸਾਡਾ ਇਹਦਾ ਵੀ ਹੱਲ ਕੀਤਾ ਜਾਵੇ ਅਤੇ ਬਾਕੀ ਜਿਹੜੀਆਂ ਪਾਰਲੀਮੈਂਟ ਦੇ ਵਿੱਚ ਸੰਸਦ ਦੇ ਵਿੱਚ ਲਿਖਤੀ ਰੂਪ ਦੇ ਵਿੱਚ ਸਾਨੂੰ ਇੱਕ ਉਹ ਦਿੱਤਾ ਜਾਵੇ ਕਿਉਂਕਿ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਹਮੇਸ਼ਾ ਐਲਾਨ ਕਰ ਦਿੰਦੀਆਂ ਨੇ ਪਰ ਐਲਾਨ ਤੋਂ ਬਾਅਦ ਉਹਨੂੰ ਲਗਾਤਾਰ ਇੱਕ ਅੱਗੇ ਲੰਮੇ ਪ੍ਰੋਸੈਸ ਦੇ ਵਿੱਚ ਪਾਈ ਰੱਖ ਦਿਆ ਨੇ ਕਿਉਂਕਿ ਸਰਕਾਰਾਂ ਦੇ ਕੰਮ ਨੇ ਹਮੇਸ਼ਾ ਲਾਰੇ ਲਾ ਦੇਣਾ ਜਾਂ ਜਨਤਾ ਨੂੰ ਇੱਕ ਲਾਰੇ ਵਾਲੀ ਹੱਥੀ ਤਾਂ ਮਸ਼ੀਨ ਤੇ ਚਾੜ ਦੇਣਾ ਪਰ ਇਸ ਵਾਰ ਜਿਹੜਾ ਹੈ ਕਿਸਾਨ ਉਤੋਂ ਧਰਨੇ ਤੋਂ ਉੱਠੇ ਨਹੀਂ ਕਿ ਅਸੀਂ ਉੱਠਾਂਗੇ ਤਦ ਜਦੋਂ ਇੱਕ ਲਿਖਤੀ ਰੂਪ ਦੇ ਵਿੱਚ ਸਾਡੇ ਕੋਲ ਆਵੇਗਾ ਕਿ ਇਹ ਤਿੰਨ ਕਾਲੇ ਕਾਨੂੰਨ ਨੇ ਜਿਹੜੇ ਰੱਦ ਕੀਤੇ ਗਏ ਨੇ ਸੋ ਅੱਜ ਉਹ ਵੇਲਾ ਹੈ ਅੱਜ ਉਹ ਸਮਾਂ ਆਇਆ 11 ਵਜੇ ਦੀ ਮੀਟਿੰਗ ਹੈ ਜਿਹੜੀ ਮੰਤਰੀ ਮੰਡਲ ਦੀ ਮੀਟਿੰਗ ਹੈ ਜਿਹੜੀ ਉਹਦੇ ਕਾਲੇ ਕਾਨੂੰਨੇ ਰੱਦ ਕੀਤੇ ਜਾਣ ਦਾ ਜਿਹੜਾ ਫੈਸਲਾ ਮਨਜ਼ੂਰੀ ਦਿੱਤੀ ਜਾਵੇ ਕਿ ਪੀਐਮਓ ਦੀ ਮੀਟਿੰਗ ਅੱਜ 11 ਵਜੇ ਦਾ ਸਮਾਂ ਮਿੱਥਿਆ ਗਿਆ ਹੈ ਉਹ ਬੈਠਕ ਦੇ ਵਿੱਚ ਦੱਸਿਆ ਜਾਵੇਗਾ ਕਿ ਜਿਹੜੇ ਤਿੰਨ ਕਾਲੇ ਕਾਨੂੰਨ ਨੇ ਖੇਤੀ ਕਾਲੇ ਕਾਨੂੰਨ ਨੇ ਉਹ ਅਰਜ਼ ਰੱਦ ਕੀਤੇ ਜਾਣ ਦੀ ਜਿਹੜੇ ਇਹ ਮਨਜ਼ੂਰੀ ਮਿਲ ਸਕਦੀ ਹੈ ਗੌਰ সেন্ট্রਲ ਗਵਰਨਮੈਂਟ ਵੱਲੋਂ ਜਿਹੜੀ ਅੱਜ ਬੈਠਕ ਕੀਤੀ ਜਾ ਰਹੀ ਹੈ ਉਸ ਦੇ ਵਿੱਚ ਮੰਤਰੀ ਮੰਡਲ ਦੀ ਜਿਹੜੀ ਅੱਜ ਇੱਕ ਵੱਡੀ ਮੀਟਿੰਗ ਹੈ ਪਤਾ ਚਲੇਗਾ ਕਿ 11 ਵਜੇ ਤੋਂ ਬਾਅਦ ਕੀ ਰਿਜ਼ਲਟ ਆ ਰਿਹਾ ਹੈ ਕਿ ਆਖਿਰ ਮੋਦੀ ਸਰਕਾਰ ਜਿਹੜੇ ਬਿੱਲ ਲੈ ਕੇ ਆਈ ਸੀ ਉਸ ਨੂੰ ਕਾਨੂੰਨ ਨੂੰ ਰੱਦ ਕਰਨ ਦੀ ਜਿਹੜੀ ਮਨਜ਼ੂਰੀ ਉਹ ਪੱਕਤਾ ਤੌਰ ਤੇ ਦੇ ਦੇਣਗੇ ਪੱਕਤਾ ਤੌਰ ਤੇ ਉਹ ਉਹਨਾਂ ਨੂੰ ਰੱਦ ਕਰ ਦੇਣਗੇ ਜਾਂ ਫਿਰ ਇੱਕ ਐਲਾਨ ਹੀ ਰਹਿ ਜਾਏਗਾ ਕਿਉਂਕਿ ਜਿਆਦਾਤਰ ਐਲਾਨ ਤੇ ਐਲਾਨ ਹੀ ਹੋ ਰਹੇ ਨੇ ਹਰ ਪਾਸੇ ਤਾਂ ਕਰਕੇ ਜਿਹੜਾ ਆਮ ਲੋਕ ਨੇ ਜਿਹੜੇ ਕਿਸਾਨ ਨੇ ਉਹ ਇਸ ਸਮੇਂ ਵਿਸ਼ਵਾਸ ਨਹੀਂ ਕਰ ਰਹੇ ਕਿਸੇ ਵੀ ਐਲਾਨ ਤੇ ਸੋ ਕਿਸਾਨਾਂ ਵੱਲੋਂ ਜਿਹੜਾ ਕਿਹਾ ਯਾਰ ਅਸੀਂ ਜਿਹੜਾ ਹੁਣ ਇਸ ਨੂੰ ਅੱਗੇ ਪਾਰਲੀਮੈਂਟ ਦੇ ਵਿੱਚ ਲਿਖਤੀ ਰੂਪ ਦੇ ਵਿੱਚ ਸੰਸਦ ਦੇ ਵਿੱਚ ਲਿਖਤੀ ਰੂਪ ਦੇ ਵਿੱਚ ਮੰਗਿਆ ਜਾ ਰਿਹਾ ਸੀ ਦੇਖਣਾ ਇਹ ਹੈ ਕਿ ਹੁਣ 11 ਵਜੇ ਜਿਹੜੀ ਮੀਟਿੰਗ ਹੈ ਉਸ ਤੋਂ ਬਾਅਦ ਕੀ ਰਿਜ਼ਲਟ ਆ ਰਿਹਾ ਹੈ ਕਿ ਉਹਦਾ ਨਤੀਜਾ ਨਿਕਲੇਗਾ ਕਿ ਆਖਿਰ ਮੋਦੀ ਸਰਕਾਰ ਹੈ ਜਿਹੜੀ ਉਹ ਤਿੰਨ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਗੀ ਜਾਂ ਫਿਰ ਕਹਿ ਰਹੀ ਹੈ ਕਿ ਉਸ ਨੂੰ ਇੱਕ ਐਲਾਨ ਦੀ ਤਰ੍ਹਾਂ ਹੀ ਕਰ ਦੇ ਕਿਉਂਕਿ ਚੋਣਾਂ ਦਾ ਸਮਾਂ ਆ ਰਿਹਾ ਬੋਟਾਂ ਦਾ ਸਮਾਂ ਆ ਰਿਹਾ ਇਹ ਨਾ ਹੋਵੇ ਕਿ ਕਿਸਾਨ ਕਹਿ ਰਹੇ ਨੇ ਕਿ ਐਲਾਨ ਦੇ ਵਿੱਚ ਕਿਤੇ ਚੋਣ ਜਾਬਤਾ ਲੱਗ ਜਾਵੇ ਉਸ ਤੋਂ ਬਾਅਦ ਤਿੰਨ ਚਾਰ ਮਹੀਨੇ ਬਾਅਦ ਬੋਟ ਸੋ ਇਦਾਂ ਦੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਨੇ ਸੋ ਦੇਖਦੇ ਆ ਅੱਜ ਪੀਐਮਓ ਦੀ ਮੀਟਿੰਗ ਤੋਂ ਬਾਅਦ ਕੀ ਆਖਰ ਨਤੀਜਾ ਨਿਕਲਦਾ ਹੈ 11 ਵਜੇ ਕੈਬਨਿਟ ਮੀਟਿੰਗ ਹੈ ਮੰਤਰੀ ਮੰਡਲ ਦੀ ਮੀਟਿੰਗ ਕੀਤੀ ਜਾ ਰਹੀ ਹੈ ਸੈਂਟਰ ਗਵਰਨਮੈਂਟ ਵੱਲੋਂ ਸੋ ਅੱਗੇ ਕੋਈ ਹੋਰ ਵੀ ਅਪਡੇਟ ਆਉਂਦੀ ਹੈ ਤਾਂ ਅਸੀਂ ਤੁਹਾਨੂੰ ਦਿੰਦੇ ਰਾਂਗੇ ਜੁੜੇ ਰਹੋ ਜਿੰਦਾਬਾਦ ਚੈਨਲ